ਬਜਟ ਇਜਲਾਸ ਦੇ 6ਵੇਂ ਦਿਨ ਵੀ ਹੰਗਾਮਾ ਬਦਸਤੂਰ ਜਾਰੀ ਰਿਹਾ। ਅਕਾਲੀ ਵਿਧਾਇਕ ਪਵਨ ਟੀਨੂ ਨੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਤੇ ਮੰਦੀ ਸ਼ਬਦਾਵਲੀ ਵਰਤਣ ਦੇ ਇਲਜ਼ਾਮ ਲਗਾਏ ਨੇ। ਟੀਨੂ ਦਾ ਕਹਿਣਾ ਹੈ ਕਿ ਦਲਿਤ ਨੇਤਾ ਹੋਣ ਦੇ ਚਲਦਿਆਂ ਸਿੱਧੂ ਵੱਲੋਂ ਉਹਨਾਂ ਦੇ ਨਾਲ ਅਜਿਹਾ ਵਤੀਰਾ ਕੀਤਾ ਗਿਆ। ਇਹੋ ਜਿਹੇ ਉਹਨੇ ਜਵਾਬ ਚ ਕੀ ਕਿਹਾ, ਇਹੋ ਜਿਹੇ ਮੈਂਬਰ, ਕਿਉਂਕਿ ਮੈਂ ਇੱਕ ਡਿਪਰਾਈਵ ਕਲਾਸ ਵਿੱਚੋਂ ਆਉਣਾ, ਇਸ ਮੰਤਰੀ ਦੀ ਸੋਚ ਮਾਨਸਿਕਤਾ ਕੀ ਹੈ ਇਹ ਤਾਂ ਦੇਖੋ। ਪਿਛਲੇ ਹਫ਼ਤੇ ਵੀ ਇਹਨੇ ਆਪਣੇ ਭਾਸ਼ਣ 'ਚ ਨਵਜੋਤ ਸਿੱਧੂ ਨੇ ਗਾਲਾਂ ਕੱਢੀਆਂ, ਔਰ ਅੱਜ ਜੋ ਇਹਨੇ ਇੱਕ ਬਤੌਰ ਇੱਕ ਸ਼ਡਿਊਲ ਕਾਸਟ ਮੈਂਬਰ ਦੇ ਜੋ ਇਹਨੇ ਭਾਸ਼ਾ ਵਰਤੀ ਹੈ ਉਹਦੇ ਨਾਲ ਸਾਨੂੰ ਦੁੱਖ ਹੋਇਆ, ਦਰਦ ਹੋਇਆ। ਉਦੋਂ ਨਵਜੋਤ ਸਿੱਧੂ ਨੇ ਟੀਨੂ ਦੇ ਇਲਜ਼ਾਮਾਂ ਨੂੰ ਗਲਤ ਦੱਸਿਆ। ਗੱਲ ਕੀ ਹੋਈ ਸੀ, ਗੱਲ ਇਹ ਹੋਈ ਸੀ ਵੀ ਇਹਨਾਂ ਨੇ ਮੈਂਬਰ ਸਾਹਿਬ ਨੇ ਪੁੱਛਿਆ, ਮੈਨੂੰ 10 ਵਾਰ ਮੈਂਬਰ ਸਾਹਿਬ ਕਿਹਾ, 10 ਵਾਰ ਮੈਂਬਰ ਸਾਹਿਬ ਕਿਹਾ, ਔਰ ਇੱਕ ਵਾਰ ਇਹੋ ਜਿਹੇ ਮੈਂਬਰ ਕਹਿਤਾ, ਬਾਤ ਦਾ ਪਤੰਗੜ ਬਣਾ ਲਿਆ। ਇਹਨਾਂ ਨੇ ਲੱਖ ਵਾਰ ਸਪੀਕਰ ਸਾਹਿਬ ਨੂੰ ਚੋਰ ਕਿਹਾ, ਲੱਖ ਵਾਰ ਬੋੜਾ ਕਿਹਾ, ਹੋਰ ਕਿੱਡੇ ਕਿੱਡੇ ਅਪਸ਼ਬਦ ਵਰਤੇ, ਉਹ ਮਰਿਆਦਾ ਸੀ। ਟੀਨੂ ਦਾ ਕਹਿਣਾ ਹੈ ਕਿ ਜੇਕਰ ਸਪੀਕਰ ਵੱਲੋਂ ਸਿੱਧੂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਐਸੀ ਕਮਿਸ਼ਨ 'ਚ ਇਸ ਦੀ ਸ਼ਿਕਾਇਤ ਕਰਨਗੇ। ਚੰਡੀਗੜ੍ਹ ਤੋਂ ਮਨਮੋਹਨ ਸਿੰਘ, ਜਗਬਾਣੀ ਟੀਵੀ।